अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। लंबी उड़ीक तो बाद शुक्रवार तड़कसार निर्भया गैंगरेप अते हत्या मामले च चार दोषियों नू फांसी ते लटका दिता गया। दसिया जा रहा है कि सवेरे 5:30 बजे पवन जलाद ने चारा दरिंदियां नू फांसी ते लटकाया। जेल दे बाहर वखरा ही नज़ारा देखण नू मिलिया। जदों दरिंदियां नू फांसी दिते जाण दी खबर जेल तो बाहर मौजूद लोगों नू मिली तां उन्होंने निर्भया जिंदाबाद एपी सिंह मुर्दाबाद दे नारे लगाए। इस दौरान जश्न च डुबे लोगों ने मिठाइयां वंड के अपनी खुशी प्रकट की अते एक दूजे नू वधाई दित्ती। इत्थों तक कि लोगों ने कोरोना वायरस के प्रकोप दौरान भी निर्भया दे नाल अपनी एकता दिखाते हुए जेल के बाहर ਉਹ ਪਹੁੰਚ ਗਏ। ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਦਿੱਲੀ ਸਰਕਾਰ ਨੇ 20 ਤੋਂ ਜ਼ਿਆਦਾ ਲੋਕਾਂ ਦੇ ਇਕਜੁੱਟ ਹੋਣ 'ਤੇ ਰੋਕ ਲਗਾਈ ਹੈ, ਪਰ ਇਸ ਦੇ ਬਾਵਜੂਦ ਤਿਹਾੜ ਜੇਲ੍ਹ ਦੇ ਬਾਹਰ ਲੋਕਾਂ ਦੀ ਕਾਫੀ ਭੀੜ ਇਕੱਠੀ ਹੋਈ। ਦਿੱਲੀ ਦੀ ਪੈਰਾ ਮੈਡੀਕਲ ਵਿਦਿਆਰਥਣ ਦੇ ਨਾਲ 16 ਦਸੰਬਰ 2012 ਨੂੰ 6 ਲੋਕਾਂ ਨੇ ਚੱਲਦੀ ਬੱਸ ਦੇ ਵਿੱਚ ਦਰਿੰਦਗੀ ਕੀਤੀ ਸੀ ਅਤੇ 26 ਦਸੰਬਰ ਨੂੰ ਸਿੰਗਾਪੁਰ ਦੇ ਹਸਪਤਾਲ 'ਚ ਇਲਾਜ ਦੌਰਾਨ ਨਿਰਭਇਆ ਦੀ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦਈਏ ਕਿ ਫਾਂਸੀ ਤੋਂ ਇੱਕ ਦਿਨ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਅਕਸ਼ੇ ਦੀ ਪਤਨੀ ਨੇ ਜੇਲ੍ਹ ਦੇ ਬਾਹਰ ਡਰਾਮਾ ਕੀਤਾ ਅਤੇ ਉਸ ਨੂੰ ਬਚਾਉਣ ਦੀ ਗੁਹਾਰ ਲਗਾਈ, ਪਰ ਫਿਰ ਵੀ ਕਾਨੂੰਨ ਵੱਲੋਂ ਇਹਨਾਂ ਚਾਰਾਂ ਆਰੋਪੀਆਂ ਨੂੰ ਫਾਂਸੀ ਦੇ ਦਿੱਤੀ ਗਈ। ਮੈਨੇ ਜੈਸੇ ਸੁਪਰੀਮ ਕੋਰਟ ਸੇ ਆਈ, ਮੈਨੇ ਉਸਕੇ ਆਗੇ ਹੱਥ ਜੋੜਾ, ਤਸਵੀਰ ਕੋ ਗਲੇ ਲਗਾਈ ਔਰ ਮੈਨੇ ਕਹਾ ਕਿ ਬੇਟਾ ਆਜ ਆਪਕੋ ਇਨਸਾਫ ਮਿਲ ਗਿਆ। ਬਿਲਕੁਲ ਆਪਣੇ ਆਪ ਕੋ ਸੇਫ ਮਹਿਸੂਸ ਕਰੇਂਗੀ, ਸੁਰੱਖਿਅਤ ਮਹਿਸੂਸ ਕਰੇਂਗੀ ਕਿ ਕਹੀਂ ਨਾ ਕਹੀਂ ਇਨ ਚਾਰੋਂ ਕੇ ਫਾਂਸੀ ਕੇ ਬਾਅਦ ਜੋ ਹਮ ਕਹਤੇ ਹੈ ਕਿ ਹਮੇ ਆਪਣੇ ਬੇਟੇ ਕੋ ਸਿਖਾਨਾ ਹੈ ਸਮਝਾਨਾ ਹੈ ਤੋ ਆਪਣੇ ਆਪ ਪਰਿਵਾਰ ਸਿਖਾਨਾ ਸ਼ੁਰੂ ਕਰੇਗਾ, ਮਾਂ ਬਾਪ ਸਿਖਾਨਾ ਸ਼ੁਰੂ ਕਰੇਗਾ ਕਿ ਅਗਰ ਐਸਾ ਕੁਛ ਕਰੋਗੇ ਤੋ ਜਿਨ ਜੈਸੇ ਇਨ ਚਾਰੋਂ ਕੋ ਫਾਂਸੀ ਹੋਈ ਹੈ ਆਪਕੋ ਵੀ ਐਸੀ ਹੋ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।